ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਕਿ ਵਧੀਆ ਹੋਵੋਗੇ ਤੁਹਾਡੇ ਵਾਸਤੇ ਇੱਕ ਨਵੀਂ ਪੋਸਟ ਲੈ ਕੇ ਆਏ ਹਾਂ ਜੋ ਕਿ ਸਿਰਫ ਟਾਈਪਿੰਗ ਬੇਸ ਤੇ ਹੈ ਠੀਕ ਹੈ ਜੀ ਇਸ ਦੇ ਵਿੱਚ ਸਿਰਫ ਟਾਈਪਿੰਗ ਮੰਗੀ ਹੈ ਇੰਗਲਿਸ਼ ਦੇ ਲਈ ਇੰਗਲਿਸ਼ ਦੇ ਵਿੱਚ ਤੁਹਾਡੀ ਟਾਈਪਿੰਗ ਹੋਏਗੀ 10 ਮਿੰਟ ਦੀ ਟਾਈਪਿੰਗ ਹੋਏਗੀ ਜਿਹਦੇ ਵਿੱਚ ਆਨਲਾਈਨ ਟਾਈਪਿੰਗ ਟੈਸਟ ਮਿਲੇਗਾ ਇਹ ਹੈਗਾ ਜੀ 27 ਤਰੀਕ ਨੂੰ ਜਿਹੜੇ ਬੱਚੇ ਦੀ ਇੰਗਲਿਸ਼ ਸਪੀਡ ਹੈਗੀ ਹੈ ਉਹ ਇਹਨੂੰ ਭਰ ਸਕਦੇ ਆ ਇਹਦਾ ਪੂਰਾ ਫਾਰਮ ਕਿੱਥੇ ਮਿਲੇਗਾ ਤੁਹਾਨੂੰ ਕਿੰਨੇ ਵਜੇ ਪਹੁੰਚਣਾ ਹੈ ਕੀ ਕੀ ਲੈ ਕੇ ਜਾਣਾ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਇਹ ਹੈਗੀ ਜੀ ਨਾਇਲਟ ਕੰਪਨੀ ਦੇ ਦੁਆਰਾ ਇਹ ਆਪਣੀ ਸੈਂਟਰ ਗਵਰਨਮੈਂਟ ਦੀ ਬਾਡੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਾਈਟੀ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਇਨਫੋਰਮੇਸ਼ਨ ਟੈਕਨੋਲੋਜੀ ਗਵਰਨਮੈਂਟ ਆਫ ਇੰਡੀਆ ਦੀ ਇਹ ਆਪਣੀ ਬਾਡੀ ਹੈ ਜੀ ਤੇ ਇਹ ਰਿਕਰਟ ਕਰਦੀ ਹੈ ਆਪਣੇ ਪੰਜਾਬ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਜਿਵੇਂ ਰੀਸੈਂਟ ਇਹਨਾਂ ਨੇ ਐਕਸਾਈਜ਼ ਦੇ ਵਿੱਚ ਇਹਨਾਂ ਨੇ ਕੁਝ ਬੰਦੇ ਲਗਾਏ ਸੀ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਦੇ ਰਹੇ ਨੇ ਕੰਟਰੈਕਟ ਬੇਸਿਸ ਤੇ ਹੁੰਦੀ ਹੈ ਇਹਨਾਂ ਦਾ ਜਿਹੜਾ ਐਗਰੀਮੈਂਟ ਹੈ ਹਰ ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਹੁੰਦੀ ਕਿ ਕੱਢ ਦੇਣਗੇ ਆ ਕੁਝ ਇਹਨਾਂ ਦੇ ਵਿੱਚ ਇਹਨਾਂ ਦੇ 6 ਪੋਸਟਾ ਕੱਢੀਆਂ ਜੀ ਤਨਖਾਹ ਰਹੇਗੀ 12737 ਤੇ ਇਹ ਪੋਸਟਾ ਕਿੱਥੇ ਕਿੱਥੇ ਹੈ ਪਟਿਆਲਾ ਰੋਪੜ ਨਵਾਂ ਸ਼ਹਿਰ ਅੰਮ੍ਰਿਤਸਰ ਗੁਰਦਾਸਪੁਰ ਇਹਨਾਂ ਦਾ ਇਹ ਸਾਬ ਹੁੰਦਾ ਜੀ ਜੇ ਤੁਹਾਡਾ ਕਲੀਅਰ ਹੋ ਜਾਂਦਾ ਟਾਈਪਿੰਗ ਟੈਸਟ ਅਗਰ ਤੁਹਾਡਾ ਨਾਮ ਪਹਿਲੇ 6 ਬੱਚਿਆਂ ਚ ਨਹੀਂ ਆਂਦਾ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਉਸ ਤੋਂ ਅਗਲੇ 6 ਬੱਚੇ ਵੀ ਚੱਕੇ ਜਾਂਦੇ ਆ ਵੇਟਿੰਗ ਲਿਸਟ ਇਹ ਚੱਕਦੇ ਰਹਿੰਦੇ ਆ ਜਿੱਦਾਂ ਜਿੱਦਾਂ ਰਿਕੁਆਇਰਮੈਂਟ ਆਉਂਦੀ ਰਹਿੰਦੀ ਹੈ ਵੇਟਿੰਗ ਲਿਸਟ ਚੱਕਦੇ ਰਹਿੰਦੇ ਆ ਜ਼ਰੂਰੀ ਨਹੀਂ ਹੈ ਕਿ ਤੁਹਾਡਾ 6 ਨੰਬਰਾਂ 'ਚ ਨਾਮ ਨਹੀਂ ਆਇਆ ਤਾਂ ਬਈ ਜੇ ਮੇਰਾ 7ਵਾਂ ਨੰਬਰ ਆ ਗਿਆ ਤਾਂ ਮੈਂ ਆਊਟ ਨਹੀਂ ਤਾਂ ਜਿਵੇਂ ਇਹਨਾਂ ਨੂੰ ਰਿਕੁਆਇਰਮੈਂਟ ਆਉਂਦੀ ਰਹੇਗੀ ਟਾਈਮ ਟੂ ਟਾਈਮ ਤੁਹਾਨੂੰ ਕਾਲ ਆਉਂਦੀ ਰਹੇਗੀ ਜੁਆਇਨਿੰਗ ਅਸਤੇ ਤਾਂ ਤੁਸੀਂ ਬੇਚਿੰਤਾ ਬਿਨਾ ਚਿੰਤਾ ਤੋਂ ਇਹ ਪੋਸਟ ਕਰ ਸਕਦੇ ਹੋ ਆਪਣੇ ਅਕੋਰਡਿੰਗ ਤੁਸੀਂ ਪ੍ਰੀਫਰੈਂਸ ਰੱਖ ਲੈਣਾ ਜੀ ਠੀਕ ਹੈ ਹੁਣ ਇਹਦਾ ਪੂਰਾ ਕ੍ਰਾਈਟੇਰੀਆ ਕੀ ਹੈ ਕੁੜੀਆਂ ਦੀ ਜਿਹੜੀ ਫੀਸ ਰਹੇਗੀ ਦੇ ਵਿੱਚ 250 ਰੁਪਏ ਤੁਸੀਂ ਇਹ ਫਾਰਮ ਕਿਵੇਂ ਫਿਲ ਕਰਨਾ ਹੈ ਇਹਨਾਂ ਦੀ ਵੈਬਸਾਈਟ ਤੇ ਜਾਓਗੇ ਉੱਥੇ ਤੁਹਾਨੂੰ ਆਨਲਾਈਨ ਐਪਲੀਕੇਸ਼ਨ ਫਾਰਮ ਮਿਲ ਜਾਏਗਾ ਉਹਨੂੰ ਤੁਸੀਂ ਸਿਰਫ ਫਿਲ ਕਰਕੇ ਲੈ ਕੇ ਜਾ ਕੁਝ ਇਹ ਨਹੀਂ ਕਿ ਤੁਸੀਂ ਆਨਲਾਈਨ ਉਹਨੂੰ ਸਬਮਿਟ ਕਰਨਾ ਹੈ ਉਹਦਾ ਪ੍ਰਿੰਟ ਕੱਢ ਕੇ ਉਹਨੂੰ ਫਿਲ ਕਰਨਾ ਹੈ ਆਪਣੇ ਸਾਰੇ origignal documents ਲੈ ਕੇ ਜਾਣੇ ਆ with the photocopied copy and ਉਹਨੂੰ self attest ਕਰਕੇ ਲੈ ਕੇ ਜਾਣਾ ਹੈ ਠੀਕ ਹੈ ਜੀ ਇਹ ਤੁਸੀਂ ਜਿਹੜਾ ਫਾਰਮ ਹੈ ਆਪਣੇ documents ਹੈ 27 ਤਰੀਕ ਨੂੰ ਲੈ ਕੇ ਪਹੁੰਚਣੇ ਆ ਰੋਪੜ ਜਿਹੜਾ ਇਹਨਾਂ ਨੇ ਐਡਰੈਸ ਦਿੱਤਾ ਹੋਇਆ ਹੈ ਬੜਾ ਫੂਲ ਰੂਪਨਗਰ ਉੱਥੇ ਲੈ ਕੇ ਤੁਸੀਂ ਪਹੁੰਚਣਾ ਹੈ you have to be must be there at the 10 am 10 ਵਜੇ ਤੁਹਾਨੂੰ ਉੱਥੇ ਪਹੁੰਚਣੇ ਹੋਣਾ ਚਾਹੀਦਾ ਹੈ ਕਿਉਂਕਿ ਕਿ ਇਹਨਾਂ ਦਾ ਪ੍ਰੋਸੈਸ ਔਨ ਟਾਈਮ ਹੁੰਦਾ ਹੈ ਬਹੁਤ ਜ਼ਿਆਦਾ ਡਿਲੇ ਨਹੀਂ ਹੁੰਦੇ ਥੋੜੀ ਜੀ ਨੋਟ ਆਊਟ ਵੇਟ ਕਰਦੇ ਆ ਬੱਚੇ ਜੀ ਬਟ ਇਹ ਐਕਸੈਪਟ ਕਰ ਲੈਂਦੇ ਆ ਠੀਕ ਹੈ ਜੀ ਇਹਦੇ ਵਿੱਚ ਸਿਰ ਤੁਹਾਡਾ ਟਾਈਪਿੰਗ ਟੈਸਟ ਹੋਏਗਾ ਇਹਦੇ ਵਿੱਚ ਇੰਟਰਵਿਊ ਨਹੀਂ ਹੁੰਦਾ ਇੰਟਰਵਿਊ ਸਿਰ ਇਹ ਹੁੰਦਾ ਕਿ ਤੁਹਾਡੇ ਡਾਕੂਮੈਂਟ ਚੈੱਕ ਕਰ ਦਿੱਤੇ ਜਾਂਦੇ ਆ ਤੇ ਜਿਹੜੀ ਫੀਸ ਆ ਤੁਸੀਂ ਉਹਨੂੰ ਉੱਥੇ ਜਾ ਕੇ ਭਰ ਸਕਦੇ ਹੋ ਠੀਕ ਹੈ ਜੀ ਉੱਥੇ ਜਾ ਕੇ ਭਰਨ ਦਾ ਫਾਇਦਾ ਇਹ ਹੈ ਉੱਥੇ ਤੁਹਾਨੂੰ ਯੂਪੀਆਈ ਵੀ ਮਿਲ ਜਾਏਗਾ ਤੁਹਾਨੂੰ ਕ੍ਰੈਡਿਟ ਕਾਰਡ ਦੇ ਆਪਸ਼ਨ ਵੀ ਮਿਲ ਜੇਗੀ ਠੀਕ ਹੈ ਜੀ ਇਹਦਾ ਹੁਣ ਐਲੀਜੀਬਿਲਟੀ ਕ੍ਰਾਈਟ ਇਹਨਾਂ ਨੇ ਜਿਹੜਾ ਲਿਖਿਆ ਹੋਇਆ ਜੀ ਅਪ ਟੂ 31 12 2024 ਤੱਕ ਰਹੇਗਾ ਲਾਈਕਲੀ ਟੂ ਬੀ ਐਕਸਟੈਂਡਡ ਬਟ ਕੋਰਟ ਟਰਮੀਨਸ ਵਿਲ ਬੀ ਪ੍ਰੋਜੈਕਟ ਐਸਾ ਕੁਝ ਨਹੀਂ ਹੁੰਦਾ ਇਹ ਤੁਹਾਨੂੰ ਅੱਗੇ ਦੇ ਅੱਗੇ ਤੁਹਾਡਾ ਐਕਸਟੈਂਡ ਹੁੰਦਾ ਰਹਿੰਦਾ ਤੇ ਤੁਹਾਨੂੰ ਹਰ ਸਾਲ 5% ਦਾ ਇਨਕਰੀਮੈਂਟ ਲੱਗਦਾ ਰਹਿੰਦਾ ਠੀਕ ਹੈ ਜੀ ਇਹਨਾਂ ਨੇ ਮੰਗਿਆ ਜੀ ਦੇ ਵਿੱਚ ਗ੍ਰੈਜੂਏਸ਼ਨ ਵਿਦ 1 ਇਅਰ ਕੋਰਸ ਹੋਣਾ ਚਾਹੀਦਾ ਤੁਹਾਡੇ ਕੋਲ ਕੰਪਿਊਟਰ ਦਾ ਜਿਹੜਾ ਆਪਣਾ 120 ਘੰਟਿਆਂ ਵਾਲਾ ਹੁੰਦਾ ਤੇ ਤੁਹਾਨੂੰ ਨੋਲਜ ਹੋਣੀ ਚਾਹੀਦੀ ਆਪਣੀ ਡਾਟਾ ਇੰਟਰਪ੍ਰੀਟਰ ਦੀ ਪੋਸਟ ਹੋਏਗੀ ਡਾਟਾ ਇੰਟਰਪ੍ਰੀਟਰ ਦੀ ਇਹਦੇ ਵਿੱਚ ਸਿਰਫ ਇਹਨਾਂ ਨੇ ਇੰਗਲਿਸ਼ ਲੈਂਗੁਏਜ ਮੈਨਰੇਟਰੀ ਮੰਗੀ ਹੈ ਜਿਹਦੇ ਵਿੱਚ ਤੁਹਾਨੂੰ ਮਿਨੀਮਮ ਸਪੀਡ 25 ਚਾਹੀਦੀ ਹੈ ਜੇ ਤਾਂ ਤੁਹਾਡੀ ਸਪੀਡ ਹੈਗੀ ਹੈ ਜੇ 50 ਫਿਰ ਤਾਂ ਤੁਹਾਡੀ ਪੋਸਟ ਪੱਕੀ ਹੈ ਕਿਤੇ ਨਹੀਂ ਜਾਂਦੇ ਤੁਸੀਂ ਜੇ ਤੁਹਾਡੀ ਉਸ ਤੋਂ ਘੱਟ ਹੈ ਤਾਂ ਅਕੋਰਡਿੰਗ ਟੂ ਦ ਡਿਮਾਂਡ ਇਹ ਤੁਹਾਨੂੰ ਕਾਲ ਕਰਦੇ ਰਹਿਣਗੇ ਠੀਕ ਹੈ ਇਹਦੇ ਵਿੱਚ ਜਿਹੜਾ ਡੇਜ਼ ਰਹਿਣਗੇ 5 ਦਿਨ ਰਹਿਣਗੇ ਠੀਕ ਹੈ ਏਜ ਲਿਮਿਟ ਹੈਗੀ ਜੀ 37 ਸਾਲ ਤੱਕ ਦੀ ਉਮਰ ਤੱਕ ਤੁਸੀਂ ਭਰ ਸਕਦੇ ਹੋ ਠੀਕ ਹੈ ਇਹਦੇ ਵਿੱਚ ਨੇ ਸਾਫ਼-ਸਾਫ਼ ਕਿਿੱਤਾ ਹੋਇਆ ਆਪਣਾ ਟਾਈਪਿੰਗ ਟੈਸਟ ਹੋਏਗਾ ਤੇ ਵੋਕਲ ਇੰਟਰਵਿਊ ਹੁਣ ਆਪਾਂ ਇਹਦਾ ਇੱਕ ਵਾਰੀ ਫਾਰਮ ਦੇਖ ਲੈਨੇ ਆ ਇਹ ਰਿਹਾ ਜੀ ਤੁਹਾਡੇ ਸਾਹਮਣੇ ਫਾਰਮ ਇਹਦੇ ਵੀ ਤੁਸੀਂ ਆਪਣੀ ਫੋਟੋ ਅਟੈਸਟ ਕਰਨੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਰਾਈਟ ਹੈਂਡ ਸਾਈਡ ਤੇ 셀ਫ ਅਟੈਸਟ ਫੋਟੋ ਠੀਕ ਹੈ 셀ਫ ਸਾਈਨ ਫੋਟੋ ਹੋਣੀ ਚਾਹੀਦੀ ਹੈ ਇੱਥੇ ਤੁਹਾਡਾ ਨਾਮ ਆ ਜਾਏਗਾ ਜੀ ਤੇ ਆਪਣਾ ਤੁਸੀਂ ਪੋਸਟ ਭਰ ਸਕਦੇ ਹੋ ਡਾਟਾ ਐਂਟਰੀ ਆਪਰੇਟਰ ਆਲਰੇਡੀ ਫਿਲ ਹੈ ਪਲੇਸ ਆਫ ਪੋਸਟਿੰਗ ਤੁਸੀਂ ਅਕੋਰਡਿੰਗ ਟੂ ਦ ਪ੍ਰੀਫਰੈਂਸ ਪਾ ਸਕਦੇ ਹੋ ਜਿਵੇਂ ਕੋਈ ਆਪਣਾ ਪਟਿਆਲਾ ਪੰਨਾ ਚਾਹੁੰਦਾ ਹੈ ਪਹਿਲੇ ਨੰਬਰ ਤੇ ਪਟਿਆਲਾ ਪਾ ਲਓ ਦੂਜੇ ਤੇ ਨਵਾਂ ਸ਼ਹਿਰ ਅੰਮ੍ਰਿਤਸਰ ਅਕੋਰਡਿੰਗ ਟੂ ਯੋਰ ਚੋਇਸ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਨੇਮ ਆਫ ਦ ਕੈਂਡੀਡੇਟ ਜੇ ਤੁਹਾਡਾ ਨਾਮ ਹੈਗਾ ਜੀ ਐਗਜ਼ਾਮਪਲ ਅਮ੍ਰਿਤਪਾਲ ਸਿੰਘ ਜੇ ਅਮ੍ਰਿਤਪਾਲ ਇਕੱਠਾ ਹੈ ਤਾਂ ਤੁਸੀਂ ਇਕੱਠੇ ਪਾਉਗੇ ਅਮ੍ਰਿਤ ਐਂਡ ਪਾਲ ਤੇ ਜਿਹੜਾ ਸਿੰਘ ਪਾਉਗੇ ਉਹ ਇੱਕ ਸਪੇਸ ਦੇ ਕੇ ਨਾ ਅਮ੍ਰਿਤਪਾਲ ਤੋਂ ਬਾਅਦ ਇੱਕ ਸਪੇਸ ਦੇ ਕੇ ਫਿਰ ਸਿੰਘ ਪਾਉਗੇ ਠੀਕ ਹੈ ਐਦਾਂ ਤੁਸੀਂ ਇੱਕ ਕਾਲਮ ਛੱਡ ਕੇ ਅਗਰ ਅਮ੍ਰਿਤਪਾਲ ਅਲੱਗ-ਅਲ फिडिक बॉक्स हट गए देन सीन ठीक है फादर नेम ਤੁਸੀਂ ਆਪਣਾ ਭਰ ਦੇਣਾ ਜੀ ਤੇ ਇਹਦੇ ਵੀ ਤੁਹਾਨੂੰ ਪ੍ਰੀਫਿਕਸ ਲਾਉਣ ਦੀ ਲੋੜ ਨਹੀਂ ਸਿੱਧਾ ਤੁਸੀਂ ਆਪਣਾ ਫਾਦਰ ਨੇਮ ਭਰਨੇ ਡੇਟ ਆਫ ਬਰਥ ਭਰਨੇ ਜੀ ਆਪਣਾ ਜਿਹੜਾ ਜੈਂਡਰ ਉਹ ਮਾਰਕ ਕਰ ਦਿਓ ਅਡਰੈਸ ਪਾ ਦਿਓ ਤਹਿਸੀਲ ਡਿਸਟ੍ਰਿਕਟ ਸਟੇਟ ਪਿੰਨ ਕੋਡ ਆਧਾਰ ਕਾਰਡ ਠੀਕ ਹੈ ਅਗਰ ਤਾਂ ਤੁਹਾਡਾ ਮੇਲ ਆਈਡੀ ਮੇਲ ਆਈਡੀ ਮੈਂਸ਼ਨ ਕਰ ਦਿਓ ईपीएफ ਨੰਬਰ ਹੈਗਾ ਤੁਹਾਡਾ ਮੈਂਸ਼ਨ अदरवाइज ਤੁਹਾਡਾ ਉਸ ਟਾਈਮ ਜਨਰੇਟ ਹੋ ਜਾਂਦਾ ਆਫਟਰ ਦ ਜੁਆਇਨਿੰਗ ਲੈਣ ਲੈ ਨੰਬਰ ਐਸ ਸੀ ਕੋਡ ਮੋਬਾਈਲ ਨੰਬਰ ਵਰਕਿੰਗ ਪਾਓ ਮੇਕ ਸ਼ੋਰ ਜਿਹੜੇ ਚੱਲਦੇ ਹੋਣ ਦੋ ਨੰਬਰ ਪਾਇਓ ਕਿਉਂਕਿ ਇਹਨਾਂ ਦਾ ਫਾਸਟ ਹੁੰਦਾ ਪ੍ਰੋਸੈਸ ਵਿਦਿਨ ਮੰਨ ਤੁਹਾਡੀ ਜੁਆਇਨਿੰਗ ਹੋ ਜਾਂਦੀ ਹੈ ਠੀਕ ਹੈ ਕੋਈ ਡਿਲੇ ਨਹੀਂ ਹੁੰਦਾ ਪ੍ਰੋਸੈਸ ਦੇ ਵਿੱਚ ਜਿਵੇਂ ਲਾ ਕੇ ਚੱਲੋ ਜੇ ਤੁਹਾਡਾ 27 ਨੂੰ ਪੇਪਰ ਹੋਇਆ ਹੈ ਤਾਂ ਤੁਸੀਂ ਲਾ ਕੇ ਚੱਲੋ ਮਾਰਚ ਅਪ੍ਰੈਲ ਹੱਦ ਮਿਡ ਆਫ ਦਾ ਮਈ ਤੁਹਾਡੀ ਜੁਆਇਨਿੰਗ ਹੋ ਜਾਏਗੀ ਇਹਦੇ ਵਿੱਚ ਚੋਣ ਜਾਬਤਾ ਦਾ ਕੋਈ ਸੀਨ ਨਹੀਂ ਹੈ ਕਿ ਤੁਹਾਡੇ ਤੇ ਕੁਝ ਅੜਚਨ ਆਏਗੀ ਤਾਂ ਤੁਹਾਡੇ ਇਥੇ ਆਰਾਮ ਨਾਲ ਜੁਆਇਨਿੰਗ ਹੋ ਜਾਏਗੀ ਇਸ ਤੁਸੀਂ ਆਪਣੀ ਪੂਰੀ ਕੁਆਲਿਫਿਕੇਸ਼ਨ ਪਾ ਦੇਣੀ ਹੈ ਸਕਿੱਲ ਤੁਹਾਡੇ ਕੋਲ ਟਾਈਪਿੰਗ ਪਾਸ ਸਕਦੇ ਹੋ ਅਗਰ ਕੋਈ ਹੋਰ ਵੀ ਸਕਿੱਲ ਹੈਗੀ ਹੈ ਤਾਂ ਦੂਸਰੇ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਜਿਵੇਂ ਤੁਹਾਨੂੰ ਕੋਈ ਸਪੋਸ ਲੈਂਗੁਏਜ ਆਉਂਦੀ ਹੈ ਤੁਸੀਂ ਉਹ ਮੈਂਸ਼ਨ ਕਰ ਦਿਓ ਠੀਕ ਹੈ ਐਨੀਮੇਸ਼ਨ ਆਉਂਦੀ ਹੈ ਤਾਂ ਇਦਾਂ ਦਾ ਕੋਈ ਐਕਸਟਰਾ ਸਕਿੱਲ ਹੈਗੀ ਤੁਸੀਂ ਇਹਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈਗਾ ਵੈਲ ਐਂਡ ਗੁੱਡ ਆਦਰਵਾਇਸ ਕੋਈ ਮੰਡੇਟਰੀ ਨਹੀਂ ਹੈ ਠੀਕ ਹੈ ਟੋਟਲ ਐਕਸਪੀਰੀਅੰਸ ਪਾ ਦਿਓ ਆਪਣਾ ਕਿੰਨਾ ਹੈ ਪਲੇਸ ਕਿਹੜੀ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਡੇਟ ਉੱਥੇ ਜਾ ਕੇ ਪਾ ਲਿਓ ਠੀਕ ਹੈ ਜ਼ਰੂਰੀ ਨਹੀਂ ਕਿ ਇੱਧਰ ਜਿਸ ਡੇਟ ਤੁਸੀਂ ਫਾਰਮ 'ਤੇ ਉਸੇ ਦਿਨ ਪਾਓ ਉੱਥੇ ਜਾ ਕੇ ਪਾ ਲਓ ਕੋਈ ਦਿੱਕਤ ਨਹੀਂ ਹੈ ਸਿਗਨੇਚਰ ਐਂਡ ਪਲੀਜ਼ ਰਾਈਟ ਯੂਰ ਨੇਮ ਐਂਡ ਪੋਸਟ ਇਨ ਦਾ ਕੈਪੀਟਲ ਲੈਟਰ ਐਂਡ ਮੋਬਾਈਲ ਨੰਬਰ ਔਨ ਦਾ ਬੈਕ ਆਫ ਦਾ ਬੈਂਕ ਡਰਾਫਟ ਪੇ ਆਰਡਰ ਅਗਰ ਤੁਸੀਂ ਡੀ ਡੀ ਲੈ ਕੇ ਜਾ ਰਹੇ ਹੋ ਠੀਕ ਹੈ ਜੀ ਇਹ ਹੈਗਾ ਜੀ ਲਾਸਟ ਆਪਣੇ ਆਫਿਸ ਯੂਸਲੀ ਬਹੁਤ ਵਧੀਆ ਪੋਸਟ ਹੈ ਮੇਰੇ ਅਕੋਰਡਿੰਗ ਜਿਹਦੀ ਤਾਂ ਟਾਈਪਿੰਗ ਸਪੀਡ ਹੈਗੀ ਹੈ ਤਾਂ ਭਰ ਦੋ ਬਹੁਤ ਅੱਛੀ ਪੋਸਟ ਹੈ ਕਿਉਂਕਿ ਇਹ ਤੁਹਾਨੂੰ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਰੱਖਣਗੇ ਸਭ ਕੁਝ ਤੁਹਾਨੂੰ ਸਰਕਾਰੀ ਛੁੱਟੀਆਂ ਮਿਲਦੀਆਂ ਕੋਈ ਦਿੱਕਤ ਅਲੀ ਗੱਲ ਨਹੀਂ ਠੀਕ ਹੈ ਜੀ ਫਿਰ ਵੀ ਜੇ ਕਿਸੇ ਨੂੰ ਪਰੇਸ਼ਾਨੀਆਂ ਨੇ ਤੁਸੀਂ ਕਮੈਂਟ ਕਰ ਸਕਦੇ ਹੋ ਯਾ ਇੰਸਟਾਗ੍ਰam ਹੈਂਡਲ ਤੇ ਮੈਸੇਜ ਟਰੋਪ ਕਰ ਸਕਦੇ ਹੋ ਇਹ ਜਿਆ ਪੋਸਟ ਵਾਲੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਥੈਂਕ ਯੂ ਜੀ ਜੇ ਤੁਸੀਂ ਨਹੀਂ ਪੜਨਾ ਚਾਹੁੰਦੇ ਤਾਂ ਆਪਣੇ ਕੋਈ ਦੋਸਤ ਯਾਰ ਜਿਹਦੀ ਟਾਈਪਿੰਗ ਅੱਛੀ ਹੈ ਕੋਈ ਮਿੱਤਰ ਹੈ ਨਾ ਜਿਹੜਾ ਪੜਨਾ ਚਾਹੁੰਦਾ ਹੈ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚ ਵੀ ਚਲੋ 12 ਹਜ਼ਾਰ ਮਿਲ ਜਾਏਗਾ 3 13 ਹਜ਼ਾਰ ਮਿਲ ਜਾਊਗਾ ਮਾੜਾ ਨਹੀਂ ਹੈ ਬਟ ਇਹ ਹੈ ਕਿ ਇੱਕ ਇਹ ਹੋ ਜਾਂਦਾ ਹੈ ਕਈਆਂ ਦਾ ਹੁੰਦਾ ਨਾ ਬਸ ਆਪਾਂ ਸਰਕਾਰੀ ਮੈਕ ਵਿੱਚ ਲੱਗਣਾ ਹੈ ਠੀਕ ਹੈ ਉਹ ਕਿਤੇ ਨਾ ਕਿਤੇ ਤੁਹਾਡਾ ਥੋੜਾ ਬਹੁਤਾ ਸੁਪਨਾ ਪੂਰਾ ਹੋ ਜਾਏਗਾ ਬਟ ਚਲੋ ਪੱਕੀਆਂ ਵਰਗੀ ਗੀਜ ਨਹੀਂ ਆ ਚੀਜ਼ ਲੈ ਕੇ ਚਲੋ ਇਹ ਹੈਗਾ ਕੰਟਰੈਕਟ بیس ਤੇ ਠੀਕ ਹੈ ਜੀ ਓਕੇ ਜੀ ਟੇਕ ਕੇਅਰ ਬਾਏ